ਉਤਸ਼ਾਹ ਦੇਖਿਆ ਜੀ ਵਰਕਰਾਂ ਦੇ ਵਿੱਚ, ਔਰ ਬਹੁਤ ਚੰਗਾ ਲੱਗਿਆ। ਬਾਈ ਪ੍ਰਿਤਪਾਲ ਹੋਣਾ ਨੇ ਬਹੁਤ ਮਿਹਨਤ ਕੀਤੀ ਹੋਈ ਹੈ ਇੱਥੇ, ਬਾਕੀ ਵੀ ਸਾਰੇ ਜਿੰਨੇ ਵਰਕਰ ਨੇ ਅਹੁਦੇਦਾਰ ਨੇ ਸਾਰਿਆਂ ਨੇ ਬੜੀ ਮਿਹਨਤ ਕੀਤੀ, ਬੜੇ ਚੰਗੇ। ਦੇਖੋ ਸਭ ਮੇਰਾ ਆਪਣਾ, ਜੇ ਮੈਂ ਕਹਾਂ ਤਾਂ ਮੈਨੂੰ ਇਨਵਾਇਰਮੈਂਟ ਨਾਲ ਬਹੁਤ ਪਿਆਰ ਹੈ, ਮੈਂ ਵਾਤਾਵਰਨ ਤੇ ਕੰਮ ਕਰਨਾ ਚਾਹੂੰਗਾ। ਸਭ ਦਰਖਤ ਬਹੁਤ ਘੱਟ ਨੇ ਜੀ, ਬਹੁਤ ਜਿਹੜਾ ਆਲਾ ਦੁਆਲਾ, ਮੈਨੂੰ ਇਹ ਵੀ ਵੱਧ ਤੋਂ ਵੱਧ ਦਰਖਤ ਲੱਗੇ ਹੁਣ, ਤੇ ਮਤਲਬ ਪੂਰੀ ਕੌਂਸਟੀਚੁਐਂਸੀ ਦੇ ਵਿੱਚ, ਹੈ ਨਾ, ਵੀ ਸਾਡੀ ਕੌਂਸਟੀਚੁਐਂਸੀ ਸਭ ਤੋਂ ਵੱਖਰੀ ਦੇ ਸੀ। ਸਨੀ ਦਿਓਲ ਹੋਣੇ ਜੀ, ਉਹ ਤਾਂ ਬੰਬੇ ਵਾਲੇ ਨੇ, ਮੈਂ ਤਾਂ ਪੰਜਾਬ ਦਾ ਪੁੱਤ ਆ, ਮੇਰੇ ਇੱਥੇ ਨਾਨਕੇ, ਮੈਂ ਕਿੱਧਰ ਜਾਊਂਗਾ, ਮੈਂ ਤਾਂ ਇੱਥੇ ਰਹਿਣਾ। ਵੱਧ ਤੋਂ ਵੱਧ ਸ਼ੂਟਿੰਗ ਹੈ, ਸ਼ੂਟਿੰਗਾਂ ਜੇ ਉੱਥੇ ਦੀ ਜਗ੍ਹਾ ਮੈਂ ਇੱਥੇ ਕਰਵਾਇਆ ਕਰਨੀ। ਨਹੀਂ ਨਹੀਂ ਕੋਈ ਐਸਾ ਗੱਲ ਨਹੀਂ, ਮੇਰੇ ਤਾਂ ਪਹਿਲਾਂ ਵੀ ਵਧੇ ਹੋਏ ਰੁਝਾਨ, ਤਾਂ ਹੀ ਤਾਂ ਮੈਂ ਆਇਆ ਇੱਧਰ, ਉਹ ਰੁਝਾਨ ਛੱਡ ਕੇ। ਇਹ ਦੇਖੋ ਜੀ, ਇਹ ਵੀ ਮੈਂ ਉਹੀ ਕਿਹਾ ਵੀ ਮੈਂ ਇੱਥੋਂ ਦਾ ਦੋਤਾ ਇਸ ਕੌਂਸਟੀਚੁਐਂਸੀ ਦਾ, ਕਿ ਇਹ ਪਿਆਰ ਹੁੰਦਾ ਵੀ ਜਿਵੇਂ ਨਾਨੀਆਂ ਪਿਆਰ ਦਿੰਦੇ ਸੀ ਉਸ ਹਿਸਾਬ ਨਾਲ। ਬਹੁਤ ਜ਼ਿਆਦਾ ਜੀ, ਕਿਉਂਕਿ ਜਿੰਨੇ ਵੀ ਚਾਹੇ ਪ੍ਰਤੀਨਿਧ ਨੇ ਸਾਰੇ, ਚਾਹੇ ਬਾਈ ਹੁਣੀ ਨੇ ਜਿਵੇਂ ਇੱਥੇ ਦੇ ਇੰਚਾਰਜ ਨੇ, ਸਾਰਾ ਕੁਛ, ਉਹਨਾਂ ਦੀ ਬਹੁਤ ਮਿਹਨਤ ਹੈ ਤੇ ਉਹਨਾਂ ਦੇ ਉਤਸ਼ਾਹ ਤੋਂ ਹੀ ਪਤਾ ਲੱਗ ਜਾਂਦਾ ਵਰਕਰਾਂ ਦਾ। ਦੇਖੋ ਜੀ, ਤੁਸੀਂ ਪਹਿਲੀਆਂ ਸਰਕਾਰਾਂ ਦੇ ਦੇਖ ਲਓ ਕਿੰਨੇ ਕੁ ਵਾਅਦੇ ਪੂਰੇ ਕੀਤੇ ਨੇ, ਅਜੇ ਤਾਂ 3 ਸਾਲ ਪਏ ਨੇ, ਅਜੇ ਤਾਂ 2 ਸਾਲ ਹੀ ਹੋਏ ਨੇ, 3 ਸਾਲਾਂ 'ਚ ਬਹੁਤ ਕਰ ਦੇਣਗੇ। ਪਾਣੀਆਂ ਦੀ ਗੱਲ ਕਰਦੇ ਨੇ ਤੁਸੀਂ ਜੀ, ਸਰਕਾਰਾਂ ਕਿਸਾਨ ਕਿਸ ਤਰ੍ਹਾਂ ਲੱਗਦੇ? ਉਹੀ ਗੱਲ ਹੈ ਜੀ, ਵੀ ਉਹ ਤਾਂ ਕਹਿੰਦੀਆਂ ਸੀ ਪਰ